ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਮੈਂ ਦਰਜੀਤ ਸਿੰਘ, ਤੁਸੀਂ ਦੇਖ ਰਹੇ ਹੋ ਟੂਰਿਸਟ ਇੰਡੀਆ। ਅੱਜ ਆਪਾਂ ਗੱਲ ਕਰਾਂਗੇ ਕਿਹੜੀ ਕੰਟਰੀ ਦਾ ਵੀਜ਼ਾ ਅਪਲਾਈ ਕਰੀਏ। ਕੋਈ ਵੀ ਬੰਦਾ ਜਦੋਂ ਵੀਜ਼ਾ ਅਪਲਾਈ ਕਰਨਾ ਚਾਹੁੰਦਾ ਹੈ, ਉਹਦੇ ਮਨ 'ਚ ਇਹ ਹੁੰਦਾ ਹੈ ਕਿ ਮੈਂ ਕਿਹੜੀ ਕੰਟਰੀ ਦਾ ਵੀਜ਼ਾ ਅਪਲਾਈ ਕਰਾਂ। ਕੁਛ ਕੁ ਬੰਦਿਆਂ ਨੂੰ ਛੱਡ ਕੇ ਕੁਛ ਕੁ ਬੰਦਿਆਂ ਦਾ ਜਿਹੜਾ ਏਮ ਹੁੰਦਾ ਉਹ ਕਲੀਅਰ ਹੁੰਦਾ ਹੈ ਕਿ ਮੈਂ ਕੈਨੇਡਾ ਜਾਣਾ, ਮੈਂ ਆਸਟ੍ਰੇਲੀਆ ਜਾਣਾ, ਮੈਂ ਨਿਊਜ਼ੀਲੈਂਡ ਜਾਣਾ ਜਾਂ ਮੈਂ ਯੂਕੇ ਜਾਣਾ ਹੈਗਾ। ਪਰ ਜ਼ਿਆਦਾਤਰ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜਿਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਹੜੀ ਕੰਟਰੀ ਜਾਣਾ ਹੈ। ਉਹਨਾਂ ਦਾ ਮਕਸਦ ਸਿਰਫ ਇੱਥੋਂ ਨਿਕਲਣਾ ਹੁੰਦਾ ਹੈ ਔਰ ਕਿਸੇ ਅੱਛੇ ਕੰਟਰੀ ਦੇ ਵਿੱਚ ਜਾਣਾ ਚਾਹੁੰਦੇ ਨੇ ਤਾਂ ਕਿ ਉੱਥੇ ਜਾ ਕੇ ਸੈਟਲ ਹੋ ਸਕੀਏ। ਸੋ ਲੋਕਾਂ ਦਾ ਸਵਾਲ ਇਹੀ ਆਉਂਦਾ ਹੈ ਕਿ ਅਸੀਂ ਕਿਹੜੀ ਕੰਟਰੀ ਜਾਈਏ, ਕਿਹੜੀ ਕੰਟਰੀ ਸਕਸੈਸ ਰੇਟ ਜ਼ਿਆਦਾ ਦੇ ਰਹੀ ਹੈ, ਕਿਹੜੀ ਕੰਟਰੀ ਸਕਸੈਸ ਰੇਟ ਨਹੀਂ ਦੇ ਰਹੀ। ਇਹ ਦੋਸਤੋ ਟਾਈਮ ਟੂ ਟਾਈਮ ਡਿਪੈਂਡ ਕਰਦਾ ਹੈਗਾ। ਸਮ ਟਾਈਮ ਕੋਈ ਕੰਟਰੀ ਵਧੀਆ ਵੀਜ਼ਾ ਗ੍ਰਾਂਟ ਕਰਦੀ ਹੁੰਦੀ ਹੈ, ਸਮ ਟਾਈਮ ਕੋਈ ਕੰਟਰੀ ਵਧੀਆ ਵੀਜ਼ਾ ਗ੍ਰਾਂਟ ਕਰਦੀ ਹੁੰਦੀ ਹੈ। ਇਹ ਸਾਰਾ ਕੁਝ ਤੁਹਾਡੀ ਪ੍ਰੋਫਾਈਲ ਤੇ ਡਿਪੈਂਡ ਕਰਦਾ ਹੈ। ਜੇਕਰ ਤੁਹਾਡੀ ਪ੍ਰੋਫਾਈਲ ਅੱਛੀ ਹੈ ਤਾਂ ਤੁਸੀਂ ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰੋਗੇ ਤੇ ਵੀਜ਼ਾ ਜਿਹੜਾ ਹੈਗਾ ਉਹ ਮਿਲ ਜਾਂਦਾ ਹੈ। ਜੇ ਪ੍ਰੋਫਾਈਲ ਤੁਹਾਡੀ ਲੋਅ ਹੈਗੀ ਹੈ, ਸੋ ਫਿਰ ਤੁਹਾਨੂੰ ਆਪਦੀ ਪ੍ਰੋਫਾਈਲ ਦੇ ਮੁਤਾਬਕ ਕੰਟਰੀ ਜਿਹੜੀ ਹੈਗੀ ਹੈ ਉਹ ਚੁਣਨੀ ਚਾਹੀਦੀ ਹੈਗੀ ਹੈ। ਸੋ ਇੱਕ ਤਾਂ ਕਰੰਟ ਸਿਨੈਰੀਓ ਦੇਖਣਾ ਚਾਹੀਦਾ ਹੈ ਕਿ ਜ਼ਿਆਦਾਤਰ ਵੀਜ਼ੇ ਕਿਹੜੀ ਕੰਟਰੀ ਦੇ ਆ ਰਹੇ ਨੇ, ਅਤੇ ਦੂਜਾ ਹੁੰਦਾ ਹੈ ਕਿ ਤੁਹਾਡੀ ਪ੍ਰੋਫਾਈਲ ਕਿਵੇਂ ਦੀ ਹੈਗੀ ਹੈ, ਪ੍ਰੋਫਾਈਲ ਦੇ ਮੁਤਾਬਕ ਤੁਹਾਨੂੰ ਕਿਹੜੀ ਕੰਟਰੀ ਸੂਟ ਕਰਦੀ ਹੈਗੀ ਹੈ। ਇਹ ਜਿਹੜਾ ਡਿਸਾਈਡ ਹੈ ਤੁਸੀਂ ਆਪ ਕਰਨਾ ਹੁੰਦਾ ਹੈ, ਕਿਉਂਕਿ ਬਹੁਤ ਸਾਰੀਆਂ ਵੀਡੀਓ ਚੱਲਦੀਆਂ ਹੁੰਦੀਆਂ ਨੇ ਇੰਟਰਨੈਟ 'ਤੇ, ਯੂਟਿਊਬ 'ਤੇ, ਫੇਸਬੁੱਕ 'ਤੇ, ਇੰਸਟਾਗ੍ਰਾਮ 'ਤੇ। ਸੋ ਦੇਖਣਾ ਸਾਰੇ ਪਾਸੇ ਚਾਹੀਦਾ, ਮਾਰਕੀਟ ਦਾ ਮਾਹੌਲ ਕੀ ਹੈ, ਕਿਸ ਤਰ੍ਹਾਂ ਦੇ ਵੀਜ਼ਾ ਆ ਰਹੇ ਨੇ, ਕਿਸ ਤਰ੍ਹਾਂ ਦੇ ਵੀਜ਼ਾ ਰਿਜੈਕਟ ਹੋ ਰਹੇ ਨੇ, ਪਰ ਡਿਸੀਜ਼ਨ ਤੁਸੀਂ ਲੈਣਾ ਹੁੰਦਾ ਹੈ। ਇਹ ਡਿਸੀਜ਼ਨ ਜੇ ਤੁਹਾਡੇ 'ਚ ਸਮਝ ਹੈਗੀ ਹੈ ਤੁਸੀਂ ਖੁਦ ਵੀ ਲੈ ਸਕਦੇ ਹੋ, ਜਾਂ ਫਿਰ ਕਿਸੇ ਵਧੀਆ ਕੰਸਲਟੈਂਟ ਦੀ ਜਿਹੜੀ ਸਲਾਹ ਹੈਗੀ ਤੁਹਾਨੂੰ ਉਹ ਲੈਣੀ ਚਾਹੀਦੀ ਹੈਗੀ ਹੈ। ਜੇਕਰ ਤੁਹਾਡੀ ਇੱਕ ਨੰਬਰ ਪ੍ਰੋਫਾਈਲ ਹੈ, ਇੱਕ ਨੰਬਰ ਮੀਨਸ ਤੁਹਾਡੇ ਕੋਲ ਫੰਡ ਪ੍ਰੋਪਰ ਹੈਗੇ ਨੇ, ਤੁਹਾਡੇ ਕੋਲ ਟ੍ਰਾਂਜੈਕਸ਼ਨਸ ਅੱਛੀਆਂ ਨੇ, ਔਰ ਤੁਹਾਡੇ ਕੋਲ ITR ਇਨਕਮ ਦਾ ਪਰੂਫ ਅੱਛਾ ਹੈਗਾ, ਚਾਹੇ ITR ਹੋਵੇ, ਜੇ ਫਾਰਮ ਹੋਣ, ਚਾਹੇ 16 ਨੰਬਰ ਫਾਰਮ ਹੋਣ, ਚਾਹੇ ਕੁਛ ਹੋਰ ਹੋਵੇ, ਜੇਕਰ ਤੁਹਾਡੇ ਕੋਲ ਇਨਕਮ ਦਾ ਅੱਛਾ ਸਾਧਨ ਹੈਗਾ, ਫੰਡ ਪ੍ਰੋਪਰ ਪਏ ਨੇ, ਅੱਛੇ ਕੰਟਰੀਆਂ ਦੀ ਟਰੈਵਲ ਹਿਸਟਰੀ ਹੈਗੀ ਹੈ, ਫਿਰ ਤੁਸੀਂ ਵੱਡੀ ਕੰਟਰੀਆਂ ਨੂੰ ਹੱਥ ਵੀ ਪਾ ਸਕਦੇ ਹੋ, ਜਿਵੇਂ ਕਿ ਕੈਨੇਡਾ, ਠੀਕ ਹੈ ਜੀ, UK ਔਰ ਅਮੈਰੀਕਾ, ਆਸਟ੍ਰੇਲੀਆ। ਜੇ ਪ੍ਰੋਫਾਈਲ ਲੋਅ ਹੈ ਤਾਂ ਫਿਰ ਉਸ ਮੁਤਾਬਕ ਤੁਹਾਨੂੰ ਚੋਣ ਕਰਨੀ ਚਾਹੀਦੀ ਹੈਗੀ ਹੈ ਕਿ ਕਿਹੜਾ ਕੰਟਰੀ ਤੁਹਾਨੂੰ ਸੂਟ ਕਰਦਾ ਹੈ। ਜੇ ਤੁਹਾਡੀ ਕੰਮਕਾਰ ਤੁਹਾਡਾ ਵਧੀਆ ਹੈਗਾ, ਜਾਂ ਤੁਸੀਂ ਜੌਬ ਕਰਦੇ ਹੋ, ਤੁਹਾਡੀ ਸੈਲਰੀ ਇਨ ਅਕਾਊਂਟ 'ਚ ਆਉਂਦੀ ਹੈਗੀ ਹੈ, ਤੁਹਾਡੀਆਂ ਬਹੁਤ ਵਧੀਆ ਟ੍ਰਾਂਜੈਕਸ਼ਨਸ ਨੇ, ਤੁਹਾਡੇ ਅਕਾਊਂਟ ਦੇ ਵਿੱਚ ਟ੍ਰਾਂਜੈਕਸ਼ਨਸ ਬਹੁਤ ਵਧੀਆ ਹੈਗੀਆਂ ਨੇ, ਫਿਰ ਤੁਹਾਨੂੰ UK ਵੀਜ਼ਾ ਦੇ ਦਿੰਦਾ ਹੈਗਾ। UK ਸਿਰਫ ਤੇ ਸਿਰਫ ਤੁਹਾਡੀ ਟ੍ਰਾਂਜੈਕਸ਼ਨ ਦੇਖਦਾ ਹੈ, ਤੁਹਾਡਾ ਬਿਜ਼ਨਸ ਦੇਖਦਾ ਹੈਗਾ, ਜਿਹੜਾ ਬਿਜ਼ਨਸ ਆਪਾਂ ਸ਼ੋਅ ਕਰਦੇ ਹੈਗੇ ਹਾਂ ਉਸ ਬਿਜ਼ਨਸ ਤੋਂ ਹੋਣ ਵਾਲੀ ਇਨਕਮ ਕੀ ਤੁਹਾਡੇ ਅਕਾਊਂਟ 'ਚ ਆ ਰਹੀ ਹੈ, ਕਿ ਕੰਟੀਨਿਊਸਲੀ ਉਹ ਇਨਕਮ ਤੁਹਾਡੇ ਅਕਾਊਂਟ ਦੇ ਵਿੱਚ ਆਉਂਦੀ ਹੈ। ਜੇਕਰ ਇਹ ਚੀਜ਼ ਹੈਗੀ ਹੈ ਤਾਂ ਤੁਸੀਂ UK ਦਾ ਵੀਜ਼ਾ ਅਪਲਾਈ ਕਰ ਸਕਦੇ ਹੋ, UK ਵੀਜ਼ਾ ਜਿਹੜਾ ਹੈਗਾ ਉਹ ਦੇ ਦਿੰਦਾ ਹੈਗਾ। ਇਸ ਤੋਂ ਇਲਾਵਾ ਆਸਟ੍ਰੇਲੀਆ ਰਿਕੁਆਇਰਮੈਂਟ ਅਲੱਗ ਹੈ, ਕੈਨੇਡਾ ਦੀ ਅਲੱਗ ਹੈ, ਨਿਊਜ਼ੀਲੈਂਡ ਦੀ ਅਲੱਗ ਹੈਗੀ ਹੈ। ਮੈਂ ਤਾਂ ਦੋਸਤੋ ਤੁਹਾਨੂੰ ਅਕਸਰ ਇਹ ਚੀਜ਼ ਕਹਿੰਦਾ ਹੁੰਦਾ ਕਿ ਜੇਕਰ ਤੁਸੀਂ ਬਾਹਰ ਜਾਣ ਬਾਰੇ ਸੋਚਦੇ ਹੈਗੇ ਹੋ, ਤੁਹਾਡੇ ਮਨ 'ਚ ਵਿਚਾਰ ਹੈ ਕਿ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ, ਜਾਂ ਤੁਸੀਂ ਡਿਸਾਈਡ ਕਰ ਲਿਆ ਕਿ ਬਾਹਰ ਜਾਣਾ ਹੈ, ਤਾਂ ਘੱਟੋ ਘੱਟ 1 ਸਾਲ ਪਹਿਲਾਂ ਆਪਣੀ ਤਿਆਰੀ ਕਰਨੀ ਸ਼ੁਰੂ ਕਰੋ। 1 ਸਾਲ ਦੇ ਵਿੱਚ ਤੁਸੀਂ ਜਿਵੇਂ ਦੀ ਚਾਹੋ ਆਪਣੀ ਬੈਂਕ ਸਟੇਟਮੈਂਟ ਬਣਾ ਸਕਦੇ ਹੋ, ਜਿਵੇਂ ਦੇ ਚਾਹੋ ਤੁਸੀਂ ਫੰਡ ਮੇਨਟੇਨ ਕਰ ਸਕਦੇ ਹੋ, ਔਰ ਜਿਵੇਂ ਦੀ ਚਾਹੋ ਤੁਸੀਂ 2 ਸਾਲਾਂ ਦੇ ਵਕਫੇ 'ਤੇ ਆਪਦੀ 2 ITR ਭਰ ਸਕਦੇ ਹੋ। ਜ਼ਿਆਦਾਤਰ ਵੀਜ਼ਾ ਐਪਲੀਕੇਸ਼ਨ ਦੇ ਵਿੱਚ ਤੁਹਾਡੀਆਂ 2 ITR ਦਿਖਾਈਆਂ ਜਾਂਦੀਆਂ ਨੇ, ਸੋ 2 ITR ਜਿਹੜੀਆਂ ਉਹ ਭਰੀਆਂ ਜਾ ਸਕਦੀਆਂ ਨੇ। ਹੁਣ ਮਾਰਚ ਦਾ ਮਹੀਨਾ ਚੱਲ ਰਿਹਾ, 25 ਜਾਂ 26 ਮਾਰਚ ਤੱਕ ਤੁਹਾਡੇ ਕੋਲ ਮੌਕਾ ਹੈ, ਤੁਸੀਂ ਅਗਲੇ 1.5 ਮਹੀਨੇ ਦੇ ਵਿੱਚ ਵੀ ਆਪਦੀ ਪੂਰੀ ਪ੍ਰੋਫਾਈਲ ਬਣਾ ਸਕਦੇ ਹੋ। ਜਿਹੜੀ ਪ੍ਰੋਫਾਈਲ ਜੇ ਤੁਸੀਂ 1 ਅਪ੍ਰੈਲ ਤੋਂ ਬਾਅਦ ਆਪਦੀ ਪ੍ਰੋਫਾਈਲ ਬਣਾਉਣੀ ਸ਼ੁਰੂ ਕਰੋਗੇ ਤਾਂ ਤੁਹਾਨੂੰ 1 ਸਾਲ ਲੱਗੇਗਾ, ਕਿਉਂਕਿ 1 ਅਪ੍ਰੈਲ ਤੋਂ 31 ਮਾਰਚ ਤੱਕ ਦੀ ITR ਹੁੰਦੀ ਹੈ, ਫਿਰ 1 ਅਗਲੀ 1 ਅਪ੍ਰੈਲ ਤੋਂ ਸ਼ੁਰੂ ਹੁੰਦੀ ਹੈਗੀ ਹੈ। ਸੋ ਪ੍ਰੋਫਾਈਲ ਬਣਾਉਣ ਲਈ ਤੁਹਾਨੂੰ 1 ਸਾਲ ਲੱਗੇਗਾ, ਬਟ ਹੁਣ ਤੁਹਾਡੇ ਕੋਲ ਮੌਕਾ ਹੈ। ਇਸ ਟਾਈਮ ਤੁਸੀਂ 1 ਰਿਟਰਨ ਆਪਣੀ ਮਾਰਚ ਤੱਕ ਭਰ ਸਕਦੇ ਹੋ, 31 ਤੱਕ 2022-23 ਦੀ, ਅਤੇ 23-24 ਦੀ ਅਪ੍ਰੈਲ 'ਚ ਭਰ ਸਕਦੇ ਹੋ, ਯਾਨੀ ਕਿ 1.5 ਮਹੀਨੇ ਦੇ ਵਕਫੇ 'ਤੇ ਤੁਸੀਂ ਆਪਣੀਆਂ 2 ITR ਭਰ ਸਕਦੇ ਹੈਗੇ ਹੋ, ਔਰ ਤੁਸੀਂ ਆਪਦਾ ਵੀਜ਼ਾ ਜਿਹੜਾ ਲੈ ਸਕਦੇ ਹੋ। ਸੋ ਜਿਹੜਾ ਮੇਨ ਦੋਸਤੋ ਫੋਕਸ ਹੁੰਦਾ ਐਮਬੈਸੀ ਦਾ, ਐਮਬੈਸੀ ਦੇਖਦੀ ਕੀ ਹੈ, ਤੁਹਾਡਾ ਕੰਮ ਕਾਰ ਦੇਖਦੀ ਹੈ, ਕੰਮ ਕਾਰ ਤੋਂ ਹੋਣ ਵਾਲੀ ਇਨਕਮ ਦੇਖਦੀ ਹੈ, ਉਹ ਇਨਕਮ ਤੁਹਾਡੇ ਅਕਾਊਂਟ 'ਚ ਆਉਂਦੀ ਹੈ ਜਾਂ ਤੁਹਾਨੂੰ ਕੈਸ਼ ਮਿਲਦੀ ਹੈ, ਇਹ ਚੀਜ਼ਾਂ ਮਾਇਨਾ ਰੱਖਦੀਆਂ ਨੇ। ਪਲੱਸ ਤੁਹਾਡੀ ਪ੍ਰੋਪਰਟੀ ਤੁਹਾਡੇ ਕੋਲ ਕਿੰਨੀ ਹੈ, ਤੁਹਾਡੀ ਫੈਮਿਲੀ ਟਾਈਜ਼ ਕਿਸ ਤਰ੍ਹਾਂ ਦੇ ਹੈਗੇ ਨੇ, ਤੁਹਾਡਾ ਪਰਪਸ ਔਫ ਵਿਜ਼ਿਟ ਕੀ ਹੈਗਾ, ਸੋ ਇਹ ਸਾਰੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਨੇ। ਜੇ ਸਾਰੀਆਂ ਚੀਜ਼ਾਂ ਤੁਸੀਂ ਵਧੀਆ ਤਰੀਕੇ ਨਾਲ ਐਕਸਪਲੇਨ ਕਰ ਦਿੰਦੇ ਹੈਗੇ ਹੋ ਤਾਂ ਤੁਹਾਨੂੰ ਵੀਜ਼ਾ ਜਿਹੜਾ ਮਿਲ ਜਾਂਦਾ ਹੈਗਾ। ਸੋ ਉਮੀਦ ਕਰਦਾ ਕਿ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ। ਜੇਕਰ ਮੇਰੀ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਕਾਇੰਡਲੀ ਸ਼ੇਅਰ ਅਤੇ ਲਾਈਕ ਜ਼ਰੂਰ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ। ਜਿਹੜੇ ਪਹਿਲੀ ਵਾਰੀ ਮੇਰੀ ਵੀਡੀਓ ਦੇਖ ਰਹੇ ਹੈਗੇ ਹੈ, ਫੇਸਬੁੱਕ 'ਤੇ ਲਾਈਕ ਕਰੋ, ਇੰਸਟਾ 'ਤੇ ਫਾਲੋ ਕਰੋ, ਔਰ ਅਸੀਂ ਹੁਣ ਲਿੰਕਡਇਨ
ਔਰ ਟਵਿੱਟਰ 'ਤੇ ਵੀ ਹੈਗੇ, ਉੱਥੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ। ਸੋ ਵਧੇਰੇ ਜਾਣਕਾਰੀ ਲਈ ਸਕਰੀਨ 'ਤੇ ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਹੋ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।